ਪਾਰਟੀ ਦੀ ਹੁਕਮ ਹਦੂਲੀ ਮੇਰੀ ਫਿਤਰਤ 'ਚ ਨਹੀਂ। ਪਰਮਿੰਦਰ ਢੀਂਡਸਾ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਲੋਕ ਸਭਾ ਚੋਣ ਲੜੇ ਜਾਣ ਦੇ ਪੁੱਛੇ ਸਵਾਲ 'ਤੇ ਬੋਲਦਿਆਂ ਕਿਹਾ ਕਿ ਪਾਰਟੀ ਜੋ ਵੀ ਹੁਕਮ ਕਰੇਗੀ ਉਹ ਉਸ ਉੱਪਰ ਚੱਲਣਗੇ, ਕਿਉਂਕਿ ਪਾਰਟੀ ਦੀ ਹੁਕਮ ਹਦੂਲੀ ਉਹਨਾਂ ਦੀ ਫਿਤਰਤ ਵਿੱਚ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਨੂੰ ਕਾਂਗਰਸ ਦੇ ਮੈਨੀਫੈਸਟੋ 'ਤੇ ਯਕੀਨ ਨਹੀਂ ਹੈ। ਦੇਖੋ, ਇਹ ਮੈਂ ਇਸ ਗੱਲ 'ਚ ਹਜੇ ਨਹੀਂ ਪੈਣਾ ਚਾਹੀਦਾ। ਪਹਿਲਾਂ ਤਾਂ ਟਿਕਟ ਐਲਾਨ ਤੋਂ ਬਾਅਦ ਹੀ ਮੈਂ ਕੋਈ ਟਿੱਪਣੀ ਕਰਨਾ ਚਾਹਾਂਗਾ, ਪਰ ਇਹ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਕਿਸੇ ਤਰ੍ਹਾਂ ਦੀ ਹੁਕਮ ਅਦੂਲੀ ਕਰੀਏ ਇਹ ਮੇਰੇ ਫਿਤਰਤ 'ਚ ਨਹੀਂ। ਮੈਂ ਤਾਂ ਆਗਿਆਕਾਰੀ ਪੁੱਤਰ ਹਾਂ। ਮੈਂ ਢੀਂਡਸਾ ਸਾਹਿਬ ਦੀ ਕਦੇ ਅੱਜ ਤੱਕ ਜ਼ਿੰਦਗੀ 'ਚ ਨਾ ਤਾਂ ਹੁਕਮ ਅਦੂਲੀ ਕੀਤੀ ਹੈ। ਉਹਨਾਂ ਨੇ ਇੱਕ ਸੁਝਾਅ ਦਿੱਤਾ ਸੀ, ਮੈਨੂੰ ਰਾਏ ਦਿੱਤੀ ਸੀ, ਉਹਨਾਂ ਨੇ ਮੈਨੂੰ ਕੋਈ ਹੁਕਮ ਨਹੀਂ ਕੀਤਾ। ਉਹਨਾਂ ਨੇ ਮੈਨੂੰ ਇੱਕ ਰਾਏ ਦਿੱਤੀ ਸੀ ਅਤੇ ਰਾਏ ਦੇ ਬਾਰੇ ਮੈਂ ਉਹਨਾਂ ਨਾਲ ਸਪਸ਼ਟ ਤੌਰ 'ਤੇ ਸਾਡੀ ਵਿਚਾਰ ਚਰਚਾ ਹੋਈ ਹੈ। ਜੋ ਪਰਿਵਾਰ ਦੇ ਵਿਚਾਰ ਚਰਚਾ ਹੁੰਦੀ ਹੈ ਉਹਨੂੰ ਅਸੀਂ ਦੇਖੋ ਪਬਲਿਕ ਤਾਂ ਨਹੀਂ ਕਰ ਸਕਦੇ, ਪਰ ਇੱਕ ਬੜੇ ਸੰਜੀਦਾ ਅਤੇ ਵਧੀਆ ਮਾਹੌਲ ਦੇ ਵਿੱਚ ਜਿਹਾ ਜਿਹਾ ਪੁੱਤਰ ਅਤੇ ਪਿਤਾ ਦਾ ਜਿਹੜਾ ਹੈ ਸੰਬੰਧ ਹੈ ਉਸੇ ਤਰੀਕੇ ਨਾਲ ਹੀ ਅਸੀਂ ਵਿਚਾਰ ਕਰਦੇ ਹਾਂ ਅਤੇ ਕੋਈ ਸਾਡੇ ਵਿੱਚ ਆਪਸ 'ਚ ਕਿਸੇ ਤਰ੍ਹਾਂ ਦਾ ਵੀ ਕੋਈ ਫਰਕ ਨਹੀਂ। ਉਹ ਪ੍ਰਧਾਨ ਸਾਹਿਬ ਕਰਨਗੇ, ਮੈਨੂੰ ਲੱਗਦਾ ਆਉਂਦੇ ਹਫ਼ਤੇ ਦੇ ਵਿੱਚ ਸਾਰੇ ਹੋ ਜਾਣੇ ਚਾਹੀਦੇ। ਤਾਂ ਪਾਰਟੀ ਦੇਖੋ, ਇਹ ਤਾਂ ਪਾਰਟੀ ਦਾ ਫੈਸਲਾ ਹੈ, ਪਾਰਟੀ ਦੇ ਹੁਕਮ 'ਤੇ ਅਸੀਂ ਪਾਬੰਦ ਹਾਂ। ਜੋ ਪਾਰਟੀ ਦਾ ਹੁਕਮ ਹੋਊਗਾ ਉਹ ਤਾਂ ਪੈਰਾਂ ਦੇ। ਦੇਖੋ, ਤਾਂ ਕਾਂਗਰਸ ਦਾ ਆਪਦਾ ਮਸਲਾ ਹੈ, ਹੁਣ ਅਸੀਂ ਕੀ ਕਹਿ ਸਕਦੇ ਹਾਂ ਵੀ ਸਿੱਧੂ ਕਿਉਂ ਨਹੀਂ ਦਿੱਤੀ। ਪਰ ਇੱਕ ਗੱਲ ਮੈਂ ਜ਼ਰੂਰ ਕਹਿ ਸਕਦਾ, ਅੱਜ ਸਿੱਧੂ ਸਾਹਿਬ ਨੂੰ ਇਹ ਅਹਿਸਾਸ ਜ਼ਰੂਰ ਹੋ ਜਾਇਆ ਹੋਏਗਾ ਵੀ ਜੋ ਉਹਨਾਂ ਦਾ ਮਾਣ ਸਤਿਕਾਰ ਅਕਾਲੀ ਦਲ ਅਤੇ ਭਾਜਪਾ ਦੇ ਵਿੱਚ ਸੀ, ਕਾਂਗਰਸ ਦੇ ਵਿੱਚ ਉਹਨਾਂ ਦੀ ਉਹ ਬੁਕਤ ਨਹੀਂ ਰਹਿ ਸਕਦੀ। ਪਹਿਲੀ ਗੱਲ ਤਾਂ ਲੋਕਾਂ ਨੂੰ ਕਾਂਗਰਸ ਦੇ ਮੈਨੀਫੈਸਟੋ 'ਤੇ ਕੋਈ ਵਿਸ਼ਵਾਸ ਨਹੀਂ ਹੈ। ਜਿਹਾ ਜਿਹਾ ਧੋਖਾ ਪੰਜਾਬ ਦੀਆਂ ਇਲੈਕਸ਼ਨਾਂ ਵੇਲੇ ਲੋਕਾਂ ਨਾਲ ਹੋਇਆ, ਉਹੋ ਜਿਹਾ ਹੀ ਇਹ ਹੁਣ ਸਾਰੇ ਦੇਸ਼ ਦੇ ਲੋਕਾਂ ਨਾਲ ਕਰਨ ਜਾ ਰਿਹਾ ਹੈ। ਇਹਨਾਂ ਕੋਲ ਸਾਧਨ ਨਹੀਂ, ਸਾਧਨ ਤੋਂ ਬਿਨਾਂ ਐਡੇ ਵੱਡੇ ਵੱਡੇ ਐਲਾਨ ਕਰਨ ਦਾ ਕੋਈ ਮਾਇਨੇ ਨਹੀਂ ਰੱਖਦੀ। ਇਹ ਗੱਲ ਇਹਨਾਂ ਦੇ ਆਪਣੇ ਜਿਹੜੇ ਰਾਜਨ ਜੀ ਜਿਹੜੇ RBI ਦੇ ਗਵਰਨਰ ਹੈ ਉਹਨਾਂ ਦਾ ਵੀ ਇਹ ਕਹਿਣਾ ਹੈਗਾ ਵੀ ਜਦ ਤੱਕ ਫਿਸਕਲ ਸਪੇਸ ਨਹੀਂ ਹੈਗੀ ਉਹਨਾਂ ਚਿਰ ਜਿਹੜੇ ਵਾਅਦੇ ਪੂਰੇ ਨਹੀਂ ਹੋ ਸਕਦੇ। ਸੋ ਨਿਹਰਾ ਝੂਠ 'ਤੇ ਇਹਨਾਂ ਨੇ ਲੱਕ ਬੰਨਿਆ ਹੋਇਆ ਅਤੇ ਜੇ ਇਹ ਆਪਦੇ ਦੱਸਦੇ ਨੇ ਵੀ ਅਸੀਂ ਇਹਨਾਂ ਚੋਣਾਂ ਇਹਨਾਂ ਵਾਅਦਿਆਂ 'ਤੇ ਪੂਰਾ ਉਤਰਨੀ ਸੰਜੀਦਾ, ਤਾਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਿਤੇ ਪੂਰੇ ਕਰਨ। ਜੇ ਉਹ ਵਾਅਦੇ ਪੂਰੇ ਕਰਦੇ ਆ ਤਾਂ ਫਿਰ ਅਸੀਂ ਮੰਨ ਸਕਦੇ ਹਾਂ ਵੀ ਇਹ ਜਿਹੜੇ ਹੁਣ ਵਾਅਦੇ ਕਰ ਰਹੇ ਨੇ ਉਹ ਵੀ ਪੂਰੇ ਕਰਨਗੇ। ਦੇਖੋ, ਉਮੀਦਵਾਰ ਕੋਈ ਹੋਵੇ, ਲੋਕ ਜਦ ਕਾਂਗਰਸ ਤੋਂ ਦੁਖੀ ਨਹੀਂ ਤਾਂ ਕਾਂਗਰਸ ਨੂੰ ਵੋਟਾਂ ਦੀ ਕੋਈ ਆਸ ਨਹੀਂ ਹੈਗੀ।